पहुंचे हाँ इतिहासिक शहर पटियाला के श्री गुरु हरकृष्ण सीनियर सैकेंडरी स्कूल ट्रस्ट रोड च जिथे बच्चों नूं उच्च म्यारी सिक्ख्या दी जा रही है। आओ चलते हैं स्कूल के अंदर ते मिलते हैं बच्चों के नाल। श्री गुरु हरकृष्ण सीनियर सैकेंडरी स्कूल ट्रस्ट रोड विच हर रोज वांग अरदास तो बाद पीटी परेड की जाती है। ਤੁਸੀਂ ਵੇਖ ਰਹੇ ਹੋ ਬੱਚੇ ਪੀਟੀ ਤੋਂ ਬਾਅਦ ਕਲਾਸਾਂ ਵੱਲ ਪੜ੍ਹਾਈ ਦੀ ਸ਼ੁਰੂਆਤ ਕਰਨ ਲਈ ਜਾਂਦੇ ਹੋਏ। ਤੁਸੀਂ ਵੇਖ ਰਹੇ ਹੋ ਸਕੂਲ ਦੇ ਬੱਚੇ ਬੈਂਡ ਦੀ ਪ੍ਰੈਕਟਿਸ ਕਰ ਰਹੇ ਨੇ। मैडम जसविंदर कौर दत्ती जो श्री गुरु हरकृष्ण स्कूलां दे डायरेक्टर ने इन्हां दे निगरानी हेठ सारे स्कूलां दी मैनेजमेंट वधिया तरीके नाल चलाई जांदी है। ਹੁਣ ਅਸੀਂ ਪਹੁੰਚੇ ਹਾਂ ਸਕੂਲ ਦੀ ਕੰਪਿਊਟਰ ਲੈਬ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੰਪਿਊਟਰ ਦਾ ਯੁੱਗ ਹੈ ਅਤੇ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਹੋਣਾ ਬਹੁਤ ਜ਼ਰੂਰੀ ਹੈ। ਅਤੇ ਹੁਣ ਅਸੀਂ ਚੱਲਦੇ ਹਾਂ ਮੈਮ ਦੇ ਕੋਲ ਜਿਹੜੇ ਇੱਥੇ ਬੱਚਿਆਂ ਨੂੰ ਕੰਪਿਊਟਰ ਦੀ ਨੌਲੇਜ ਦੇ ਰਹੇ ਨੇ। ਆਓ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਮੈਮ ਤੁਸੀਂ ਇੱਥੇ ਬੱਚਿਆਂ ਨੂੰ ਗਾਈਡ ਕਰ ਰਹੇ ਹੋ, ਥੋੜ੍ਹੀ ਇਹਦੇ ਬਾਰੇ ਜਾਣਕਾਰੀ ਦਿਓ।
ਮੈਮ ਇੱਥੇ ਹਰ ਤਰ੍ਹਾਂ ਦੇ ਸਟੱਡੀਜ਼ ਕਰਵਾਏ ਜਾਂਦੇ, ਹਰ ਜਿੰਨੇ ਵੀ ਸੋਫਟਵੇਅਰ ਲੇਟੈਸਟ ਸੋਫਟਵੇਅਰ ਹੈ ਲੇਟੈਸਟ ਵਰਜ਼ਨ ਸਭ ਇਹਦੇ 'ਚ ਇੰਕਲੂਡ ਹੈ। ਲੇਟੈਸਟ ਵਰਜ਼ਨ ਦੇ ਸਾਰਾ ਕੁਛ ਇਹਨਾਂ ਨੂੰ ਕਰਵਾਉਂਦੇ ਸੋਫਟਵੇਅਰ, ਜਿਹੜੇ ਕਿ ਇਹਨਾਂ ਨੂੰ ਹੁਣ ਅੱਗੇ ਜਾ ਕੇ ਰਿਕੁਆਇਰਮੈਂਟ ਹੈ। ਐਕਸਟਰਾ ਇਹਨਾਂ ਦੀ ਵੋਕੈਬਲਰੀ ਜੈਸੇ ਕਮਿਊਨੀਕੇਸ਼ਨ ਸਕਿੱਲਸ ਦਾ ਹੋ ਗਿਆ ਮੈਮ, ਸਭ ਕੁਛ ਇਹਨਾਂ ਦੇ ਲਈ ਲੋਅ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੀ ਸਾਰੀ ਸਟੱਡੀ, ਲੈਂਗੁਏਜਿਸ ਹੈ, ਸੀਨੀਅਰ ਕਲਾਸਿਸ ਲਈ ਛੋਟੇ ਇਹਨਾਂ ਦੇ ਬੇਸਿਕਸ ਆਫਿਸਿਸ ਹੋ ਗਏ। ਇੱਥੇ ਅਲੱਗ ਅਲੱਗ ਕਲਾਸਿਸ ਦੇ ਬੱਚੇ ਜੋ ਨੇ ਉਹ ਕੰਪਿਊਟਰ ਸਿੱਖ ਰਹੇ ਨੇ। ਆਓ ਚੱਲਦੇ ਹਾਂ ਬੱਚਿਆਂ ਦੇ ਕੋਲ ਕਿ ਉਹ ਕਿਸ ਤਰ੍ਹਾਂ ਇੱਥੇ ਕੰਪਿਊਟਰ ਦੀ ਨੌਲੇਜ ਲੈ ਰਹੇ ਨੇ। ਹੈਲੋ ਹੈਲੋ ਬੇਟਾ, ਤੁਸੀਂ ਕਿਹੜੀ ਕਲਾਸ ਦੇ ਸਟੂਡੈਂਟ ਹੋ? 6th ਕਲਾਸ। ਓਕੇ, ਮੈਨੂੰ ਦੱਸੋ ਕਿ ਤੁਸੀਂ ਕੰਪਿਊਟਰ 'ਚ ਕਿਸ ਤਰ੍ਹਾਂ ਨੌਲੇਜ ਲੈ ਰਹੇ ਹੋ? ਕੰਪਿਊਟਰ ਵਿੱਚ ਸਾਨੂੰ ਇੰਟਰਸਟਿੰਗ ਬਹੁਤ ਹੈ, ਅਤੇ ਜੇ ਅਸੀਂ ਕੋਈ ਵੀ ਸਾਡਾ ਕੰਮ ਹੋਵੇ ਤਾਂ ਅਸੀਂ ਕੰਪਿਊਟਰ ਵਿੱਚ ਵੀ ਕਰਦੇ ਹਾਂ, ਪਰ ਬੁੱਕਸ ਦੇ ਨਾਲ ਨਾਲ ਸਾਨੂੰ ਕੰਪਿਊਟਰ ਦੀ ਵੀ ਪ੍ਰੈਕਟਿਸ ਰੋਜ਼ ਕਰਾਈ ਜਾਂਦੀ ਹੈ। ਜਿਵੇਂ ਕਿ ਤੁਸੀਂ ਦੇਖਿਆ ਕਿ ਬੱਚੇ ਨੇ ਦੱਸਿਆ ਸਾਨੂੰ ਕਿ ਕੰਪਿਊਟਰ ਜੋ ਹੈ ਉਹ ਕਾਫ਼ੀ ਨੌਲੇਜ ਵਗੈਰਾ, ਅਤੇ ਅੱਜ ਦੇ ਯੁੱਗ ਵਿੱਚ ਕੰਪਿਊਟਰ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਚੱਲਦੇ ਇੱਕ ਰੋਜ਼ ਸਟੂਡੈਂਟ ਦੇ ਕੋਲ, ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕਿਸ ਤਰ੍ਹਾਂ ਕੰਪਿਊਟਰ ਸਿੱਖ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿਹੜੀ ਕਲਾਸ ਦੇ ਸਟੂਡੈਂਟ ਹੋ? 7th ਕਲਾਸ ਜੀ। ਥੋੜ੍ਹਾ ਦੱਸੋ ਸਾਨੂੰ ਕੰਪਿਊਟਰ ਬਾਰੇ। ਇੱਥੇ ਦੇ ਟੀਚਰ ਸਾਨੂੰ ਬਹੁਤ ਬੇਸਿਕ ਨੌਲੇਜ ਸਮਝਾਉਂਦੇ ਨੇ, ਜਿਸ ਨਾਲ ਸਾਨੂੰ ਕੰਪਿਊਟਰ ਵਿੱਚ ਇੰਟਰਸਟ ਆਉਂਦਾ ਹੈ। ਉਹ ਸਾਨੂੰ ਸ਼ੁਰੂ ਤੋਂ ਹੀ ਇਸ ਰੈਗੂਲਰ ਪੀਰੀਅਡ ਲੱਗਦਾ ਹੈ ਸਾਡਾ, ਇਸ ਲਈ ਸਾਨੂੰ ਬਹੁਤ ਨੌਲੇਜ ਦਿੰਦੇ ਹੈ ਇਸ ਦੇ ਬਾਰੇ, ਜਿਸ ਨਾਲ ਸਾਨੂੰ ਬਹੁਤ ਇੰਟਰਸਟ ਆਉਂਦਾ ਹੈ। ਔਰ ਸਾਡਾ ਇੱਥੇ ਕੰਪਿਊਟਰ ਪ੍ਰੈਕਟੀਕਲ ਰੋਜ਼ ਲਿਆ ਜਾਂਦਾ ਹੈ, ਜਿਸ ਨਾਲ ਸਾਡਾ ਪ੍ਰੈਕਟੀਕਲ ਜਿਸ ਸਾਡੇ ਵੀਕਸ ਪੁਆਇੰਟ ਵੀ ਇੰਪਰੂਵ ਕਰਦੇ ਆ ਟੀਚਰਸ, ਸਾਨੂੰ ਬਹੁਤ ਅੱਛਾ ਕਰਾਉਂਦੇ ਆ ਟੀਚਰਸ। ਜਿਵੇਂ ਕਿ ਤੁਸੀਂ ਦੇਖਿਆ ਕਿ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨੇ ਦੱਸਿਆ ਕਿ ਇਸ ਦੇ ਨਾਲ ਉਹਨਾਂ ਦੀ ਇੰਪਰੂਵਮੈਂਟ ਸਕਿੱਲ ਜੋ ਹੈ ਉਹ ਕਾਫ਼ੀ ਵੱਧ ਰਹੀ ਹੈ, ਅਤੇ ਕੰਪਿਊਟਰ ਦੀ ਨੌਲੇਜ ਦੇ ਨਾਲ ਨਾਲ ਉਹ ਕਾਫ਼ੀ ਕੁਛ ਇੱਥੇ ਸਿੱਖਦੇ ਨੇ, ਬੇਸਿਕ ਨੌਲੇਜ ਜੋ ਹੈ ਇੱਥੇ ਲੈ ਰਹੇ ਨੇ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅਲੱਗ ਅਲੱਗ ਇੱਥੇ ਕੰਪਿਊਟਰ ਸਾਡੇ ਕੋਲ ਪਏ ਨੇ, ਔਰ ਇੱਥੇ ਜੋ ਬੱਚੇ ਨੇ ਉਹ ਆਪਣੇ ਐਕਸਟਰਾ ਟਾਈਮ ਦੇ ਵਿੱਚ ਆ ਕੇ ਕੰਪਿਊਟਰ ਸਿੱਖ ਰਹੇ ਨੇ, ਜੋ ਟੀਚਰਸ ਨੇ ਉਹ ਬੱਚਿਆਂ ਦੇ ਪੇਪਰ ਚੱਲ ਰਹੇ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੱਚਿਆਂ ਲਈ ਇਹ ਜੋ ਟਾਈਮ ਹੁੰਦਾ ਹੈ ਉਹ ਕਾਫ਼ੀ ਇੰਪੋਰਟੈਂਟ ਹੁੰਦਾ ਹੈ, ਕਿ ਸਾਰੇ ਸਾਲ ਦੀ ਉਹਨਾਂ ਦੀ ਮਿਹਨਤ ਰੰਗ ਲੈਣੀ ਹੁੰਦੀ ਹੈ, ਅਤੇ ਸ਼ਾਂਤਮਈ ਮਾਹੌਲ ਜੋ ਹੈ ਬਹੁਤ ਜ਼ਰੂਰੀ ਹੈ ਕਿ ਤਾਂ ਕਿ ਉਹ ਇੱਕ ਵਧੀਆ ਤਰੀਕੇ ਦੇ ਨਾਲ ਬੈਠ ਕੇ ਇੱਥੇ ਪੇਪਰ ਦੇ ਸਕਣ। ਅਤੇ ਉਹ ਚਾਹੁੰਦੇ ਹਾਂ ਕਿ ਬੱਚੇ ਕਿਸ ਤਰ੍ਹਾਂ ਇੱਥੇ ਪੇਪਰ ਦੇ ਰਹੇ ਨੇ, ਦੇਖਦੇ ਹਾਂ। ਅਸੀਂ ਪਹੁੰਚੇ ਹਾਂ ਸਮਾਰਟ ਕਲਾਸ ਦੇ ਵਿੱਚ, ਔਰ ਬੱਚਿਆਂ ਨੂੰ ਪ੍ਰੋਪਰ ਵੇ ਦੇ ਨਾਲ ਡਾਟਾਬੇਸ ਸਿਸਟਮ ਦੇ ਨਾਲ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਔਰ ਬੱਚੇ ਜੋ ਨੇ ਇੱਥੇ ਪ੍ਰੋਪਰ ਐਜੂਕੇਸ਼ਨ ਪ੍ਰੈਕਟੀਕਲ ਤੌਰ ਤੇ ਕਿਸ ਤਰ੍ਹਾਂ ਬੱਚੇ ਇੱਥੇ ਐਜੂਕੇਸ਼ਨ ਲੈ ਰਹੇ ਨੇ, ਆਓ ਦੇਖਦੇ ਹਾਂ। ਕੈਨ ਯੂ ਗਿਵ ਮੀ ਐਨ ਐਗਜ਼ਾਮਪਲ ਆਫ ਐਬਸੈਂਟ ਨਾਊ? ਯੈਸ, ਪੇਨ, ਜਿਵੇਂ ਹਮਾਰੇ ਹੈਡ ਪੇ ਪੇਨ ਹੋ ਰਹਾ ਹੈ, ਤੋ ਹਮ ਪੇਨ ਕੋ ਕਿਆ ਟੱਚ ਕਰ ਸਕਤੇ ਹੈ ਯਾ ਉਸਕੋ ਦੇਖ ਸਕਤੇ ਹੈ? ਨਹੀਂ, ਵੀ ਕੈਨ ਓਨਲੀ ਫੀਲ। Okay, so abstract noun is that noun with other things which we cannot see or touch, we can only feel that. Next है common noun. Common noun कौन सा word होता है जो हम एक common person सबके लिए common होता है, जैसे boy है, हम हर लड़के के कौन सा word use करते हैं? Boy. तो boy कौन सा noun है? Common noun. अब और कोई example? ਅਤੇ ਇਹ ਸੀ ਸਮਾਰਟ ਕਲਾਸ ਰੂਮ, ਜਿੱਥੇ ਬੱਚਿਆਂ ਨੂੰ ਡਾਟਾ ਬੇਸ ਟੂ ਪ੍ਰੋਪਰ ਐਜੂਕੇਸ਼ਨ ਦਿੱਤੀ ਜਾ ਰਹੀ ਸੀ। ਅਤੇ ਹੁਣ ਚੱਲਦੇ ਹਾਂ ਅਸੀਂ ਸਮਾਰਟ ਬੱਚਿਆਂ ਦੇ ਕੋਲ ਸਾਇੰਸ ਲੈਬ ਦੇ ਵਿੱਚ, ਜਿੱਥੇ ਬੱਚੇ ਆਪਣੇ ਪ੍ਰੈਕਟੀਕਲ ਬਣਾ ਰਹੇ ਨੇ, ਕਿਉਂਕਿ ਇੱਥੋਂ ਦੇ ਬੱਚੇ ਜੋ ਨੇ ਉਹ ਕਾਫ਼ੀ ਹੋਣਹਾਰ ਨੇ। ਆਓ ਚੱਲਦੇ ਹਾਂ ਉਹਨਾਂ ਬੱਚਿਆਂ ਦੇ ਕੋਲ।
ਤੇ ਇਹ ਹੈ ਸਕੂਲ ਦੀ ਸਾਇੰਸ ਲੈਬ ਜਿੱਥੇ ਬੱਚਿਆਂ ਨੂੰ ਵਿਗਿਆਨ ਦੇ ਅਲੱਗ ਅਲੱਗ ਪ੍ਰੈਕਟੀਕਲਸ ਬਣਾਉਣੇ ਸਿਖਾਏ ਜਾਂਦੇ ਨੇ ਤੇ ਇੱਥੇ ਸਾਡੇ ਕੋਲ ਮੈਮ ਮੌਜੂਦ ਨੇ ਜੋ ਇਹਨਾਂ ਨੂੰ ਸਹੀ ਤਰੀਕੇ ਨਾਲ ਪ੍ਰੋਪਰ ਵੇ ਦੇ ਨਾਲ ਗਾਈਡ ਕਰ ਰਹੇ ਨੇ ਆਓ ਮਿਲਦੇ ਮੈਮ ਦੇ ਕੋਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਯੂਅਰ ਗੁੱਡ ਨੇਮ ਮਿਸਿਸ ਕੇਜੇਡਾ ਓਕੇ ਮੈਮ ਤੁਸੀਂ ਸਾਨੂੰ ਇੱਥੇ ਦੱਸੋ ਕਿ ਇੱਥੇ ਬੱਚਿਆਂ ਨੂੰ ਕਿਹੜੇ ਕਿਹੜੇ ਪ੍ਰੈਕਟੀਕਲ ਬਣਾਉਣੇ ਸਿਖਾਏ ਜਾ ਰਹੇ ਠੀਕ ਹੈ ਬੱਚਿਆਂ ਨੂੰ ਅਸੀਂ ਮਤਲਬ ਕਿ ਉਹਨਾਂ ਦੇ ਸਿਲੇਬਸ ਦੇ ਅਕੋਰਡਿੰਗ ਅਸੀਂ ਪ੍ਰੈਕਟੀਕਲ ਬਣਾਉਣੇ ਸਿਖਾਉਂਦੇ ਹਾਂ ਜਿਸ ਤਰ੍ਹਾਂ ਹੁਣ ਮੈਂ ਸਪੈਸੀਮੈਨ ਰੱਖੇ ਹੋਏ ਆ ਬਾਇਓ ਦੇ ਵੀ ਜਾਂਦੇ ਜਿਸ ਤਰ੍ਹਾਂ ਆਪਣੇ ਕੋਲ ਮਲਟੀ ਸੈਲੂਲਰਸ ਹੁੰਦੇ ਆ ਆਪਣੇ ਕੋਲ ਨੋਨ ਗ੍ਰੀਨ ਪਲਾਂਟਸ ਹੁੰਦੇ ਆ ਉਹਨਾਂ ਦੀ ਇੰਟਰਨਲ ਸਟਰਕਚਰ ਅਸੀਂ ਥਰੂ ਮਾਈਕਰੋਸਕੋਪ ਉਹਨਾਂ ਨੂੰ ਦਿਖਾਉਂਦੇ ਹਾਂ ਇਸ ਦੇ ਨਾਲ ਆਪਣੇ ਕੋਲ ਕੈਮਿਸਟਰੀ ਹੈਗੀ ਹੈ ਇਹ ਸਾਲਟ ਵਗੈਰਾ ਪਏ ਹੋਏ ਆ ਆਪਣੇ ਕੋਲ ਹੁਣ ਜਿਸ ਤਰ੍ਹਾਂ ਇਹ ਫਿਨੋਲ ਗ੍ਰੀਨ ਹੈਗਾ ਇਹ ਆਪਣੇ ਕੋਲ ਲਿਟਮਸ ਪੇਪਰ ਹੈ ਰੈਡ ਐਂਡ ਬਲੂ ਅਸੀਂ ਕਿਸੇ ਵੀ ਸਾਲਟ ਨੂੰ ਕਹਿੰਦੇ ਕਿ ਐਸਿਡ ਹੈ ਜਾਂ ਬੇਸ ਹੈ ਠੀਕ ਹੈ ਅਸੀਂ ਇਹ ਟੈਸਟ ਕਰਕੇ ਬੱਚਿਆਂ ਨੂੰ ਦੱਸਦੇ ਹਾਂ ਅਤੇ ਉਸ ਤੋਂ ਬਾਅਦ ਆਪਣੇ ਕੋਲ ਸਪੈਸੀਮੈਂਸ ਪਏ ਹੋਏ ਆ ਡਿਫਰੈਂਟ ਟਾਈਪ ਦੇ ਮੈਂ ਇਹਨਾਂ ਵਿੱਚੋਂ ਪੁੱਛਿਆ ਦੇਖੋ ਸੀ ਐਨੀਮਲਸ ਹੈਗੇ ਆ ਐਕੁਐਟਿਕ ਐਨੀਮਲਸ ਹੈਗੇ ਆ ਅਤੇ ਇਹਨਾਂ ਨੂੂੰ ਦੱਸਿਆ ਜਾਂਦਾ ਉਸ ਤੋਂ ਬਾਅਦ ਆਪਣੇ ਐਨੀਮਲਸ ਦੇ ਪਾਰਟਸ ਜੋ ਪਾਰਟਸ ਐਨੀਮਲਸ ਦੇ ਪਾਰਟਸ ਉਹਨਾਂ ਦੇ ਬਾਰੇ ਪ੍ਰੋਪਰ ਉਸ ਤੋਂ ਬਾਅਦ ਆਪਣੇ ਕੋਲ ਇਹ ਹੈ ਇਹ ਜਿਸ ਤਰ੍ਹਾਂ ਆਪਣੇ ਕੋਲ ਪ੍ਰਿਜ਼ਮ ਵਗੈਰਾ ਅਸੀਂ ਰਿਫਲੈਕਸ਼ਨਸ ਵਗੈਰਾ ਲਾਅ ਆਫ ਰਿਫਲੈਕਸ਼ਨਸ ਹੁੰਦੇ ਆ ਮਿਰਰ ਦੇ ਥਰੂ ਪ੍ਰਿਜ਼ਮ ਹੈ ਰਿਫਲੈਕਸ਼ਨ ਆਫ ਲਾਈਟ ਮਤਲਬ ਕਿਸ ਤਰ੍ਹਾਂ ਰਿਫਲੈਕਟ ਕਰਦੀ ਹੈ ਦਿਸ ਇਜ਼ ਅ ਸਲੈਬ ਉਸ ਤੋਂ ਬਾਅਦ ਮਿਰਰ ਹੈ ਆਪਣੇ ਕੋਲ ਕਨਕੇਵ ਐਂਡ ਕਨਵੈਕਸ ਮਿਰਰ ਠੀਕ ਹੈ ਕਿਉਂਕਿ ਸਾਡੇ ਕੋਲ ਫਿਲਟਰ ਪੇਪਰ ਹੁੰਦਾ ਜਿਹਦੇ ਥਰੂ ਅਸੀਂ ਫਿਲਟਰੇਸ਼ਨਸ ਕਰਦੇ ਹਾਂ ਅਸੀਂ ਇਹ ਲੈ ਕੇ ਬੱਚਿਆਂ ਨੂੰ ਦੱਸਾਂਗੇ ਵੀ ਇਹ ਐਸਿਡ ਹੈ ਜਾਂ ਬੇਸ ਹੈ ਅਗਰ ਕਲਰ ਨਾ ਚੇਂਜ ਹੋਵੇ ਇਟ ਮੀਨਸ ਕਿ ਇਹ ਨਿਊਟਰਲ ਹੈ ਇਹ ਨਾ ਹੀ ਐਸਿਡ ਹੈਗਾ ਨਾ ਹੀ ਬੇਸ ਹੈਗਾ This is the red litmus paper. Strip size hai, different types hai. ठीक है असि डिप करांगे डिप कर दी तो नो इफेक्ट दिस इज द न्यूट्रल एसिड ये चीज है साल्ट है ये न्यूट्रल है मतलब ना ही एसिड है ना ही बेस है ਮੈਂ ਦੇਖਿਆ ਕਿ ਉਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਸਾਨੂੰ ਟੀਚ ਕੀਤਾ ਔਰ ਬੱਚੇ ਤੇ ਪ੍ਰੋਪਰ ਵੇ ਦੇ ਨਾਲ ਸਿੱਖ ਹੀ ਰਹੇ ਨੇ ਔਰ ਸਾਨੂੰ ਵੀ ਕਾਫੀ ਕੁਝ ਉਹਨਾਂ ਕੋਲ ਸਿੱਖਣ ਨੂੰ ਮਿਲ ਰਿਹਾ ਹੈ ਸ਼੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਸਿੱਟੇ ਸਤਰ ਜਾਏ ਜੀ ਹਾਂ ਅੱਠਵੀਂ ਜੋ ਸ਼੍ਰੀ ਗੁਰੂ ਹਰਕ੍ਰਿਸ਼ਨ ਦੇ ਨਾਮ ਨਾਲ ਜਾਣੇ ਜਾਂਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ ਨਾਲ ਪਰਮਾਤਮਾ ਦੇ ਨਾਮ ਲੈਂਦੇ ਨੇ ਤੇ ਪਰਮਾਤਮਾ ਦਾ ਸਿਮਰਨ ਕਰਕੇ ਉਹ ਦੁਆ ਮੰਗਦੇ ਨੇ ਤੇ ਆਓ ਚੱਲਦੇ ਹਾਂ ਬੱਚਿਆਂ ਦੇ ਵਿੱਚ ਜਿੱਥੇ ਉਹ ਸ਼ਬਦ ਕੀਰਤਨ ਕਰ ਰਹੇ ਨੇ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ ਧਾਰਮਿਕ ਸਿੱਖਿਆ ਨਾਲ ਵੀ ਜੋੜਿਆ ਜਾਂਦਾ ਹੈ ਜੂਨੀਅਰ ਸੈਕਸ਼ਨ ਜਿੱਥੇ ਛੋਟੇ ਛੋਟੇ ਨੰਨੇ ਨੰਨੇ ਬੱਚੇ ਜੇ ਨੇ ਉਹ ਡਰਾਇੰਗ ਸਿੱਖ ਰਹੇ ਨੇ ਔਰ ਇੱਥੇ ਬੱਚਿਆਂ ਦੇ ਡਰਾਇੰਗ ਕੰਪੀਟੀਸ਼ਨ ਵੀ ਹੋ ਰਹੇ ਨੇ ਆਓ ਚੱਲਦੇ ਹਾਂ ਬੱਚਿਆਂ ਦੇ ਕੋਲ ਤੇ ਦੇਖਦੇ ਹਾਂ ਕਿ ਉਹਨਾਂ ਨੇ ਕਿਹੜੀ ਕਿਹੜੀ ਡਰਾਇੰਗਸ ਤਿਆਰ ਕੀਤੀਆਂ ਨੇ ਹੈਲੋ ਬੇਟਾ ਤੁਸੀਂ ਇੱਥੇ ਡਰਾਇੰਗ ਬਣਾ ਰਹੇ ਹੋ ਕਿਹੜੀ ਪੇਂਟਿੰਗ ਬਣਾ ਰਹੇ ਹੋ ਬਹੁਤ ਸੋਹਣੀ ਪੇਂਟਿੰਗ ਬਣਾਈ ਹੈ ਸੀਨਰੀ ਸੀਨਰੀ ਬਣਾਈ ਹੈ ਤੁਸੀਂ ਔਰ ਅੱਗੇ ਅਸੀਂ ਇੱਕ ਹੋਰ ਬੱਚੇ ਦੇ ਕੋਲ ਚੱਲਦੇ ਹਾਂ ਬੱਚੀ ਬੜੀ ਕਿਊਟ ਜੀ ਹੈ ਹੈਲੋ ਬੇਟਾ ਤੁਸੀਂ ਤੇ ਡਰਾਇੰਗ ਬਣਾ ਰਹੇ ਹੋ ਕਿਹੜੀ ਡਰਾਇੰਗ ਬਣਾ ਰਹੇ ਹੋ ਤੁਸੀਂ ਸੀਨਰੀ ਜੀ ਇੱਥੇ ਜੋ ਬੱਚੇ ਜੋ ਨੇ ਉਹ ਕਾਫੀ ਹੋਣਹਾਰ ਨੇ ਸੀਨਰੀਆਂ ਤਿਆਰ ਕਰ ਰਹੇ ਨੇ ਛੋਟੇ ਛੋਟੇ ਬੱਚੇ ਜੋ ਨੇ ਡਰਾਇੰਗ ਕੰਪੀਟੀਸ਼ਨ ਵਿੱਚ ਵੀ ਜਾਂਦੇ ਨੇ ਸੋ ਇਸ ਸਕੂਲ ਦੇ ਬੱਚੇ ਜੋ ਨੇ ਕਾਫੀ ਹੋਣਹਾਰ ਨੇ
ਜੀ ਮੈਮ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇੱਥੇ ਬੱਚਿਆਂ ਵੱਲੋਂ ਅਲੱਗ ਅਲੱਗ ਇੱਥੇ ਬਣਾਏ ਗਏ ਨੇ ਔਰ ਇਹ ਚੀਜ਼ ਦੀ ਸਾਨੂੰ ਥੋੜੀ ਨੌਲੇਜ ਦੋਗੇ ਬੱਚਿਆਂ ਵੱਲੋਂ ਕੀ ਤਿਆਰ ਕੀਤਾ ਗਿਆ ਦੇਖੋ ਜਿਸ ਤਰ੍ਹਾਂ ਵੇਸਟ ਮੈਟੀਰੀਅਲ ਬੋਟਲ ਹੁੰਦੀ ਆ ਘਰ ਵਿੱਚ ਖਾਲੀ ਬੋਟਲਸ ਉਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ ਬੱਚਿਆਂ ਨੇ ਕਿੰਨੀ ਅੱਛੀ ਤਰ੍ਹਾਂ ਉੱਪਰ ਪੇਪਰ ਲਗਾ ਕੇ ਇਹਨੂੰ ਡੈਕੋਰੇਟ ਕੀਤਾ ਅਤੇ ਦੇਖੋ ਨਾ ਦੇਖੋ ਕਿੰਨਾ ਸ਼ੋ ਪੀਸ ਬਣ ਗਿਆ ਬੜਾ ਅੱਛਾ ਬਣ ਗਿਆ ਇਸ ਤਰ੍ਹਾਂ ਬੱਚੇ ਨੇ ਵਾਸ ਬਣਾਇਆ ਦੇਖੋ ਕਾਰਡਬੋਰਡ ਲੈ ਕੇ ਰੋਲ ਕਰਕੇ ਉੱਪਰ ਪੇਪਰ ਲਗਾਇਆ ਗਲੇਸ ਪੇਪਰ ਫਿਰ ਡੈਕੋਰੇਟ ਕੀਤਾ ਉਸਨੂੰ ਠੀਕ ਹੈ ਇਹ ਦੇਖੋ ਪਿੱਗੀ ਬੈਂਕ ਬਣਾਇਆ ਬੱਚੇ ਨੇ ਇਸ ਤਰ੍ਹਾਂ ਲੈ ਕੇ ਇਸ ਨੂੰ ਡੈਕੋਰੇਟ ਕਰਕੇ ਇਹਦੇ ਵਿੱਚ ਮਨੀ ਆਪਣੇ ਬੱਚੇ ਡਿਪੋਜ਼ਿਟ ਕਰ ਸਕਦੇ ਆ ਦੇਖੋ ਬੱਚਿਆਂ ਨੂੰ ਫੁੱਲ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਉਹਨੇ ਡੈਕੋਰੇਸ਼ਨ ਜੋ ਹੈ ਕੀਤੀ ਹੈ ਔਰ ਨੈਕਸਟ ਮੈਮ ਉਹ ਦੇਖੋ ਬੱਚੇ ਨੇ ਫਲਾਵਰ ਦਾ ਕੁਝ ਬਣਾਇਆ ਹਾਂਜੀ ਥਰਮੋਕੋਲ ਨੂੰ ਯੂਜ਼ ਕੀਤਾ ਥਰਮੋਕੋਲ ਦਾ ਗਲਾਸ ਲੈ ਕੇ ਇਹਨੂੰ ਡੈਕੋਰੇਟ ਕੀਤਾ ਫਲਾਵਰ ਪਾਟ ਬਣਾ ਲਿਆ ਇਹ ਦੇਖੋ ਮੈਚ ਸਟਿਕਸ ਨੇ ਮੈਚ ਸਟਿਕਸ ਲਗਾ ਕੇ ਮਿਰਰਸ ਲਗਾ ਕੇ ਵਾਲ ਹੈਂਗਿੰਗ ਬਣਾਈ ਹੈ ਬੜੀ ਅੱਛੀ ਬੜੀ ਪਿਆਰੀ ਬਣਾਈ ਹੈ ਬੱਚੇ ਨੇ ਤੇ ਇਹ ਸਕੂਲ ਦਾ ਪ੍ਰੀ ਨਰਸਰੀ ਰੂਮ ਜਿੱਥੇ ਛੋਟੇ ਛੋਟੇ ਬੱਚੇ ਖੇਡਾਂ ਖੇਡ ਰਹੇ ਨੇ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਆ ਅਸੀਂ ਵੀ ਆਪਣੇ ਬੱਚਿਆਂ ਵਿੱਚ ਇਸ ਤਰ੍ਹਾਂ ਇੰਜੋਇਮੈਂਟ ਕਰਦੇ ਸੀ ਐਕਸਟਰਾ ਟਾਈਮ ਵਿੱਚ ਆ ਕੇ ਅਸੀਂ ਪਲੇ ਐਕਟੀਵਿਟੀਜ਼ ਕਰਦੇ ਸੀ ਔਰ ਚੱਲਦੇ ਹਾਂ ਬੱਚਿਆਂ ਦੀ ਤਰ੍ਹਾਂ ਜਿੱਥੇ ਉਹ ਖੇਡ ਰਹੇ ਨੇ ਸਕੂਲ ਦੇ ਮੰਨੇ ਮੰਨੇ ਬੱਚੇ ਜੋ ਇਸ ਬਾਗ ਨੂੰ ਰੁਸ਼ਨਾ ਰਹੇ ਨੇ ਇਹਨਾਂ ਬੱਚਿਆਂ ਤੋਂ ਅਸੀਂ ਪੋਇਮ ਵੀ ਸੁਣਾਂਗੇ ਹੈਲੋ ਬੇਟਾ ਤੁਸੀਂ ਪੋਇਮ ਸੁਣਾਓ ਕਿ ਕਿਹੜੀ ਪੋਇਮ ਆਉਂਦੀ ਤੁਹਾਨੂੰ ਜੋਨੀ ਜੋਨੀ ਓਕੇ ਸੁਣਾਓ ਟੋਨੀ ਟੋਨੀ ਲੈ ਪਾਪਾ ਇੱਥੇ ਸ਼ੁਕੋ ਨੋ ਪਾਪਾ ਐਡੀ ਨਾਈ ਨੋ ਪਾਪਾ ਓਪਾ ਮਾਂ ਸੋ ਸਵੀਟ ਚਲੋ ਤੇ ਹੁਣ ਅਸੀਂ ਚੱਲਦੇ ਇੱਕ ਹੋਰ ਛੋਟੀ ਜਿਹੀ ਕਿਊਟ ਜਿਹੀ ਬੇਬੀ ਦੀ ਕੋਲ ਤੇ ਇਹਦੇ ਕੋਲ ਸੋਤੇ ਇੱਕ ਪੋਇਮ ਹੈਲੋ ਬੇਟਾ ਤੁਹਾਨੂੰ ਪੋਇਮ ਆਉਂਦੀ ਹੈ ਕਿਹੜੀ ਪੋਇਮ ਸੁਣਾਓਗੇ ਤੁਸੀਂ ਟੈਡੀ ਬੀਅਰ ਟੈਡੀ ਬੀਅਰ ਟਰਨ ਅਰਾਊਂਡ ਟੈਡੀ ਬੀਅਰ ਟੈਡੀ ਬੀਅਰ ਟੱਚ ਦ ਗਰਾਊਂਡ ਟੈਡੀ ਬੀਅਰ ਟੈਡੀ ਬੀਅਰ ਪਾਲਿਸ਼ ਯੋਰ ਸ਼ੂਜ਼ ਟੈਡੀ ਬੀਅਰ ਟੈਡੀ ਬੀਅਰ ਆਪ ਟੂ ਸਕੂਲ ਵਾਹ ਜੀ ਵਾਹ ਦੇਖੋ ਬੱਚੇ ਕਿੰਨੇ ਹੋਣਹਾਰ ਨੇ ਕਿੰਨੇ ਇੰਟੈਲੀਜੈਂਟ ਨੇ ਸਾਨੂੰ ਪੋਇਮ ਸੁਣਾ ਰਹੇ ਨੇ ਸੋ ਫੁੱਲੀ ਇੰਜੋਇਮੈਂਟ ਹੋ ਰਹੀ ਹੈ ਸਕੂਲ ਦੇ ਵਿੱਚ ਆ ਕੇ ਇੱਥੋਂ ਦੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਰਜਨੀ ਬਾਹੜ ਜੋ ਕਾਫੀ ਟੈਲੈਂਟਡ ਨੇ ਇੱਥੋਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਕਾਫੀ ਉਹਨਾਂ ਵੱਲੋਂ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਆਓ ਮਿਲਦੇ ਆ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਮੈਮ ਮੈਮ ਜਿਵੇਂ ਕਿ ਅਸੀਂ ਤੁਹਾਡੇ ਵਿੱਚ ਸਕੂਲ 'ਚ ਆਏ ਹਾਂ ਅਸੀਂ ਦੇਖਿਆ ਇੱਥੇ ਬੱਚਿਆਂ ਦੇ ਕਾਫੀ ਮਤਲਬ ਹੋਣਹਾਰ ਇੱਥੇ ਵਿਦਿਆਰਥੀ ਨੇ ਪਲੇ ਐਕਟੀਵਿਟੀਜ਼ ਅਸੀਂ ਉਹਨਾਂ ਦੀ ਦੇਖੀ ਕਲਾਸਿਸ ਰੂਪ ਵਿੱਚ ਅਸੀਂ ਗਏ ਹਾਂ ਇੱਥੋਂ ਦੇ ਪ੍ਰੋਪਰ ਸਟਾਫ ਨੂੰ ਅਸੀਂ ਮਿਲੇ ਹਾਂ ਅਤੇ ਮੈਮ ਹੁਣ ਸਾਨੂੰ ਤੁਸੀਂ ਆਪਣੇ ਬਾਰੇ ਔਰ ਸਕੂਲ ਬਾਰੇ ਥੋੜ੍ਹੀ ਜਾਣਕਾਰੀ ਦਿਓ ਮਾਈਸੈਲਫ ਰਜਨੀ ਬਹਾੜ ਪ੍ਰਿੰਸੀਪਲ ਆਫ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਹੈਜ਼ ਬੀਨ ਇੰਪਾਰਟਿੰਗ ਕੁਆਲਿਟੀ ਐਜੂਕੇਸ਼ਨ ਫੋਰ ਦ ਲਾਸਟ 3 ਡੀਕੇਡਸ ਔਰ ਸਕੂਲ ਹੈਜ਼ ਸੈਟ ਨਿਊ ਪੈਰਾਮੀਟਰਸ ਫੋਰ ਅਕੈਡਮਿਕਸ It has surpassed many milestones as far as success is concerned. We provide our students suitable platform from where they can pursue their future endeavors more confidently. We believe in motivational teaching with innovative techniques. We also provide our people state-of-the-art infrastructure so that they can cope with the modern-day challenges in the field of education. We focus on the overall development of the students. For that, we arrange a variety of activities to bring forth their hidden talents. To give your child a solid foundation for a bright future, get your child admitted to one of the most prestigious schools of the city, Shri Guru Harkishan Senior Secondary School. Thank you. ਇਹ ਸਨ ਇੱਥੋਂ ਦੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਰਜਨੀ ਬਾਹਰ ਜਿਨ੍ਹਾਂ ਨੇ ਸਾਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ ਸਕੂਲ ਵਿੱਚ ਬੱਚਿਆਂ ਨੂੰ ਗੱਤਕਾ ਵੀ ਸਿਖਾਇਆ ਜਾਂਦਾ ਹੈ
ਵਿੱਚ ਬੱਚਿਆਂ ਨੂੰ ਗਿੱਧਾ ਭੰਗੜਾ ਵੀ ਸਿਖਾਇਆ ਜਾਂਦਾ ਹੈ ਅਤੇ ਸਮੇਂ ਸਮੇਂ ਸਿਰ ਗੇਮਾਂ ਵੀ ਕਰਵਾਈਆਂ ਜਾਂਦੀਆਂ ਨੇ। ਜਸਵਿੰਦਰ ਕੌਰ ਦਰਦੀ ਅਤੇ ਸਰਦਾਰ ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀ ਕਲਾ ਗਰੁੱਪ ਜੀ ਦੇ ਸਰਪ੍ਰਸਤੀ ਹੇਠ ਐਨੂਅਲ ਫੰਕਸ਼ਨ ਵੀ ਕਰਵਾਏ ਜਾਂਦੇ ਨੇ। ਮੈਡਮ ਜਸਵਿੰਦਰ ਕੌਰ ਦਰਦੀ ਅਤੇ ਸਰਦਾਰ ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀ ਕਲਾ ਗਰੁੱਪ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਦੇ ਨੇ। ਸਕੂਲਾਂ ਵੱਲੋਂ ਬੱਚਿਆਂ ਦੇ ਲਈ ਆਉਣ ਜਾਣ ਵਾਸਤੇ ਖਾਸ ਤੌਰ ਤੇ ਟਰਾਂਸਪੋਰਟੇਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੋ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਟੈਸਟ ਰੋਡ ਪਟਿਆਲਾ। ਤੇ ਇਹ ਸੀ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਟੈਸਟ ਰੋਡ, ਜਿੱਥੇ ਅਸੀਂ ਅੱਜ ਆਏ, ਬੱਚਿਆਂ ਨੂੰ ਮਿਲੇ, ਪਲੇ ਐਕਟੀਵਿਟੀਜ਼ ਦੇਖੀਆਂ, ਉਹਨਾਂ ਦੀਆਂ ਕਲਾਸਿਸ ਰੂਮ ਦੇ ਵਿੱਚ ਗਏ, ਇੱਥੋਂ ਦੇ ਪ੍ਰਿੰਸੀਪਲ ਮੈਮ ਨੂੰ ਮਿਲੇ ਅਸੀਂ। ਤੇ ਇੱਥੇ ਸਮੇਂ ਸਮੇਂ ਤੇ ਐਨੂਅਲ ਫੰਕਸ਼ਨ ਵੀ ਕਰਵਾਏ ਜਾਂਦੇ ਨੇ, ਬੱਚਿਆਂ ਨੂੰ ਗੱਤਕਾ ਮੁਕਾਬਲੇ ਵੀ ਕਰਵਾਏ ਜਾਂਦੇ ਨੇ, ਗੱਤਕੇ ਦੇ ਹੁਨਰ ਵੀ ਸਿਖਾਇਆ ਜਾਂਦਾ। ਸੋ ਕਾਫੀ ਇੰਜੋਏਬਲ ਰਿਹਾ ਸਕੂਲ ਵਿੱਚ ਆ ਕੇ।